ਵਿਆਹ ਸ਼ਾਦੀਆਂ 'ਚ ਹੁਣ ਕੈਦੀ ਵਜਾਉਣਗੇ ਬੈਂਡ ਵਾਜੇ। ਜੇਲ੍ਹ ਵਿਭਾਗ ਦੇ ਵੱਲੋਂ ਦਿੱਤੀ ਜਾ ਰਹੀ ਸਪੈਸ਼ਲ ਸਿਖਲਾਈ। 13 ਕੈਦੀ ਆਜ਼ਾਦੀ ਦਿਵਸ ਦੀ ਪਰੇਡ 'ਚ ਵੀ ਲੈਣ ਕੇ ਹਿੱਸਾ। ਕੈਦੀਆਂ ਦੇ ਜੀਵਨ 'ਚ ਬਦਲਾਅ ਲਈ ਜੇਲ੍ਹ ਪ੍ਰਸ਼ਾਸਨ ਨੇ ਚੁੱਕਿਆ ਵਿਸ਼ੇਸ਼ ਕਦਮ। ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਕੈਦੀ ਜੋ ਨੇ ਉਹ ਬੈਂਡ ਵਾਜਾ ਵਜਾਉਣਗੇ। ਇਸ ਦੇ ਲਈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੈਦੀਆਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਜੋ ਕੈਦੀ ਨੇ ਉਹਨਾਂ ਤੋਂ ਕੰਮ ਲਿਆ ਜਾਂਦਾ, ਕੰਮ ਕਰਵਾਇਆ ਜਾਂਦਾ, ਬਦਲੇ ਦੇ ਵਿੱਚ ਉਹਨਾਂ ਨੂੰ ਉਸਦੀ ਮਜ਼ਦੂਰੀ ਵੀ ਦਿੱਤੀ ਜਾਂਦੀ ਹੈ, ਤਾਂ ਇੱਥੇ ਬਿਲਕੁਲ ਉਸੇ ਤਰੀਕੇ ਦੇ ਨਾਲ ਕੈਦੀਆਂ ਦੇ ਜੀਵਨ ਦੇ ਵਿੱਚ ਬਦਲਾਅ ਲਿਆਉਣ ਦੇ ਲਈ ਜਦੋਂ ਉਹ ਜੇਲ੍ਹ ਦੇ ਵਿੱਚ ਰਿਹਾ ਹੋਣ ਤਾਂ ਆਪਣੇ ਆਪ ਕਮਾ ਕੇ ਖਾਣ ਯੋਗ ਕਰਨ ਦੇ ਲਈ ਉਹਨਾਂ ਨੂੰ ਇਹ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੁਣ ਕੈਦੀਆਂ ਨੂੰ ਬੈਂਡ ਵਾਜੇ ਵਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਅਤੇ 13 ਕੈਦੀ ਆਜ਼ਾਦੀ ਦਿਵਸ ਦੀ ਪਰੇਡ 'ਤੇ ਵੀ ਬੈਂਡ ਵਾਜਾ ਵਜਾਉਣਗੇ ਅਤੇ ਨਾਲ ਹੀ ਉਸਦੀ ਪਰੇਡ 'ਚ ਹਿੱਸਾ ਵੀ ਲੈਣਗੇ। ਤਾਂ ਰਾਏਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਕੈਦੀਆਂ ਨੂੰ ਹੁਣ ਬੈਂਡ ਵਾਜਾ ਵਜਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵਿਆਹ ਸ਼ਾਦੀਆਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਇਹ ਆਪਣੀ ਰੋਜ਼ੀ ਰੋਟੀ ਜੋ ਹੈ ਉਹ ਖੁਦ ਹੀ ਕਮਾ ਸਕਣ, ਜੇਲ੍ਹ ਦੇ ਵਿੱਚ ਰਹਿ ਕੇ ਵੀ, ਅਤੇ ਜੇਲ੍ਹ ਦੇ ਵਿੱਚੋਂ ਜਦੋਂ ਇਹ ਰਿਹਾ ਹੋਣਗੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਦੇ ਉੱਤੇ ਡਿਪੈਂਡ ਨਾ ਰਹਿਣਾ ਪਵੇ, ਤਾਂ ਇਹਨਾਂ ਨੂੰ ਖੁਦ ਆਪਣੇ ਪੈਰਾਂ ਦੇ ਭਾਰ ਕਰਨ ਦੇ ਲਈ ਇਸ ਤਰ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ਜੋ ਜੇਲ੍ਹ ਬੈਂਡ 2020 ਤੱਕ ਜੋ ਚਾਲੂ ਥਾ, ਕੋਵਿਡ ਕੇ ਬਾਅਦ ਸੇ ਬੰਦ ਕਰ ਦਿਆ ਗਿਆ ਥਾ, ਉਸੇ ਹਮਨੇ ਪੁਨਃ ਚਾਲੂ ਕਰਨੇ ਕਾ ਨਿਰਣੈ ਲਿਆ। इसमें हमने प्रारंभिक तौर पर 13 बंदियों को अभी प्रशिक्षित किया है जो स्वतंत्रता दिवस के अवसर पर राष्ट्रगान का वादन करेंगे। इसका मुख्य उद्देश्य बंदियों का पुनर्वास करना है ताकि वो जब जेल से छूटें तो इसे अपने व्यवसाय के रूप में अपना सकें और समाज की मुख्य धारा में सम्मिलित हो सकें। इसके पश्चात उन्हें जो शादी विवाह कार्यक्रमों में जो धुनें बजती हैं उसमें प्रशिक्षित किया जाएगा और उन्हें बाहर भेजने के लिए जेल मुख्यालय को प्रस्ताव भेजा जाएगा।